honored Mr. S. Mahinder with this plaque, and this is what he has to say. ਵਿਸਾਖੀ ਦੀ ਰਾਤ 23 ਅਪ੍ਰੈਲ ਨੂੰ ਜੋ ਪ੍ਰੋਗਰਾਮ ਮਨਾਇਆ ਗਿਆ ਉਹਦੇ ਤੇ ਜੋ ਮੈਨੂੰ ਆਨਰ ਕੀਤਾ ਗਿਆ ਇਹ ਪਲੈਗ ਦਿੱਤਾ ਗਿਆ ਇਹਦੇ ਵਾਸਤੇ ਇਕਬਾਲ ਮਹਿਲ ਸਾਹਿਬ ਜਿਹੜੇ ਕਿ ਪੰਜਾਬ ਦੀ ਆਵਾਜ਼ ਦਾ ਪ੍ਰੋਗਰਾਮ ਕਰਦੇ ਨੇ ਉਹਨਾਂ ਦੇ ਸਾਥੀ ਕਲਸੀ ਸਾਹਿਬ ਤੇ ਹੋਰ ਟੋਰਾਂਟੋ ਦੀ ਸਾਰੀ ਜਨਤਾ ਦਾ ਮੈਂ ਅਤੀ ਧੰਨਵਾਦੀ ਹਾਂ ਕਿ ਉਹਨਾਂ ਮੈਨੂੰ ਇੰਨਾ ਮਾਣ ਦਿੱਤਾ ਜਿਸ ਦੇ ਕਾਬਿਲ ਮੈਂ ਨਹੀਂ ਸਾਂ ਲਓ ਹੁਣ ਸੁਣੋ ਸ਼੍ਰੀ ਐਸ ਮਹਿੰਦਰ ਜੀ ਦੀ ਆਵਾਜ਼ ਵਿੱਚ ਇੱਕ ਸ਼ਬਦ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਬਾਹੋਂ ਪਕੜੇ ਉਠਾ ਲਿਆ ਮਨ ਵਿੱਚ ਰੋਸ ਮਤੇ ਕੀਤਾ ਡੋਲੀ ਕਾ ਮਾਂ ਪੁੱਛੇ ਤੂੰ ਸਵਾਣੀ ਏ ਕੇਸਰੀਤਾ ਡੋਲੀ ਕਾ ਹੌਕੇ ਭਰ ਕੇ ਹਟਕੋਰੇ ਭਰ ਕੇ ਰੋਂਦਾ ਤੇ ਮਾਂ ਨੂੰ ਪੁੱਛਦਾ ਹੈ ਤੂੰ ਸਵਾਣੀ ਕਿ ਸਰੀਤਾ ਮੇਰਾ ਬਾਪ ਤੈਨੂੰ ਵਿਆਹ ਕੇ ਲਿਆਇਆ ਸੀ ਕਿ ਤੈਨੂੰ ਕੱਢ ਕੇ ਲਿਆਇਆ ਸੀ ਡੋਲੀ ਕਾ ਮਾਂ ਪੁੱਛੇ ਤੂੰ ਸਵਾਣੀ ਏ ਕਿ ਸਰੀਤਾ ਸਵਾਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜਤਾ ਮੈਂ ਤਾਂ ਜਨਮ ਤੋਂ ਸਵਾਣੀ ਹਾਂ ਵਿਆਹ ਹੋਈ ਰਾਣੀ ਹਾਂ ਉਹਦੀ ਪਰ ਮੇਰੀ ਕਿਸਮਤ ਖੋਟੀ ਕਿ ਮੈਂ ਪਰਮਾਤਮਾ ਦੀ ਆਪਣੀ ਜ਼ਿੰਦਗੀ ਚ ਬੰਦਗੀ ਨਹੀਂ ਕੀਤੀ ਮੇਰੇ ਕਰਮਾਂ ਚ ਉਹਦਾ ਨਾਂ ਨਹੀਂ ਸੀ ਜਿਸ ਕਰਕੇ ਤੇਰੇ ਨਾਲ ਇਹ ਬੀਤੀ ਹੈ ਮਾਂ ਨੂੰ ਕਹਿੰਦਾ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਹੋਵਨ ਸਭ ਮੀਤਾ ਕਿਸ ਤਰ੍ਹਾਂ ਮੈਂ ਰਾਜਾ ਬਣ ਜਾਵਾਂ ਆਪਣੇ ਬਾਪ ਦੀ ਜਗ੍ਹਾ ਤੇ ਆ ਜਾਵਾਂ ਔਰ ਜਿਤਨੇ ਸ਼ਤਰੂ ਦੁਸ਼ਮਣ ਜਿਹੜੇ ਨੇ ਮੇਰੇ ਮੀਤਾ ਮੇਰੇ ਦੋਸਤ ਮਿੱਤਰ ਬਣ ਜਾਣ ਮਾਂ ਕਹਿੰਦੀ ਹੈ ਪਰਮੇਸ਼ਰ ਆਰਾ ਦੀਏ ਜਿੰਦੂ ਹੋਏ ਪਤਤ ਪੁਨੀਤਾ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋ ਅਤੀਤਾ ਨਾਰਦ ਮੁਨਿ ਉਪਦੇਸ਼ਿਆ ਨਾਮ ਨਿਧਾਨ ਅਮਿਉ ਰਸ ਪੀਤਾ ਪਿੱਛੋਂ ਰਾਜੇ ਸਤਿਆ ਅਬ ਚਲ ਰਾਜ ਕਰੋ ਨਿਤ ਨੀਤਾ ਹਾਰ ਚਲੇ ਗੁਰਮੁਖ ਜਗ ਜੀਤਾ ਪਾਪੀ ਜੁੜਿਆ ਬੋਲ ਸਤਨਾ ਬੋਲ ਸਤਨਾ ਸਾਗਰ ਤਰਿਆ ਮੁੱਕ ਜਾਂਦੀ ਦੁੱਖਾਂ ਦੇ ਸ਼ਾਮ ਪਾਪੀ ਸਤਿ ਸ਼੍ਰੀ ਅਕਾਲ।
हस के बंद बंद कटाव चल खड़िया ते नी चल जावे रोम रोम बिच उस गाना पापी रूड़िया बोले सतना